ਹੈਗੇ ਆ ਬੰਦੇ ਸੀ ਜਿਹੜੇ ਚਾਰ ਨੰਬਰ ਸੀ, ਅਤੇ ਉਹਨਾਂ ਨੇ ਇਹਨਾਂ 'ਤੇ ਅਨਪ੍ਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ। ਉਸ 'ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਹੈਗੀ ਆ। ਤਿੰਨ ਬੰਦੇ ਅਸੀਂ ਜਿਵੇਂ ਕਿ ਕਹਿੰਦੇ ਆ ਉੱਥੇ ਮੌਕੇ 'ਤੇ ਹੀ ਅਤੇ ਫੜ ਲਏ ਹੈਗੇ। ਇੱਕ ਬੰਦਾ ਇੱਦਾਂ ਜੀ, ਜਿਹੜੀ CIA ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਗਰਾਈ ਤੋਂ ਔਲਖੀ ਰੋਡ 'ਤੇ ਗਸ਼ਤ ਕਰ ਰਹੀ ਸੀ, ਅਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ 'ਚ ਲੱਗੇ ਫਿਰਦੇ ਆ, ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਆ ਇਸ ਚੀਜ਼ ਨੂੰ ਵੈਰੀਫਾਈ ਕਰਨ, ਅਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ ਚਾਰ ਨੰਬਰ ਸੀ, ਅਤੇ ਉਹਨਾਂ ਨੇ ਇਹਨਾਂ 'ਤੇ ਅਨਪ੍ਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ। ਉਸ 'ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਹੈਗੀ ਆ। ਤਿੰਨ ਬੰਦੇ ਅਸੀਂ ਜਿਵੇਂ ਕਿ ਕਹਿੰਦੇ ਆ ਉੱਥੇ ਮੌਕੇ 'ਤੇ ਹੀ ਫੜ ਲਏ ਹੈਗੇ। ਇੱਕ ਬੰਦਾ ਹਜੇ ਐਪਰੀਹੈਂਡ ਕਰਨਾ, ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਅਤੇ ਉੱਥੋਂ ਭੱਜਣ 'ਚ ਕਾਮਯਾਬ ਹੋਇਆ। ਇਹਨਾਂ ਦੇ ਜ਼ਿਆਦਾਤਰ ਜਿਹੜੇ ਕਿ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ, ਅਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ। ਮੁੱਢਲੀਆਂ ਦੇ ਹੋਰ ਜੇ ਕਿਤੇ ਹੋਏਗੀ ਤਾਂ ਉਹ ਡਾਕਟਰ ਪਤਾ ਕਰਨਗੇ। ਸਰ ਉਹਨਾਂ ਵੱਲੋਂ ਕੋਈ ਨਾ ਕੋਈ ਫਾਇਰਿੰਗ ਕੀਤੀ? ਉਹਨਾਂ ਵੱਲੋਂ ਵੀ ਕੀਤਾ, ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ, ਅਨਪ੍ਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ। ਅਸੀਂ ਤਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ, ਅਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ। ਇਹ ਹਜੇ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕਿਉਂ ਇਹਨਾਂ ਨੇ ਕੀਤਾ। ਹਾਂਜੀ ਹਾਂਜੀ, ਮੁਲਾਜ਼ਮਾਂ ਦਾ ਵਿਚਾਰ ਹੈ, ਮੁਲਾਜ਼ਮਾਂ ਦਾ ਵਿਚਾਰ ਹੈ। ਅਸਲਾ ਵੀ ਮਿਲਿਆ ਸੀ? ਅਸਲਾ ਕਿਹੜਾ ਜੀ ਮਿਲਿਆ ਜੀ, ਇੱਕ ਮਿਲਿਆ। ਪਹਿਚਾਣ ਹਜੇ ਕਰ ਰਹੇ ਹਾਂ ਜੀ ਵੈਰੀਫਾਈ, ਕਿਹੜੇ ਕਿਹੜੇ ਹਜੇ ਜੇਰੇ ਇਲਾਜ ਨੇ, ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਅਤੇ ਫਿਰ ਇਸ ਤੋਂ ਬਾਅਦ ਸਾਰਾ ਕੁਝ ਪੁੱਛ ਕੇ ਪੜਤਾਲ ਕਰਾਂ। ਇਹਨਾਂ 'ਚ ਮੁੱਖ ਜਿਹੜਾ ਸਰਗਨਾ ਹੈ ਉਹ ਹਰਿਆਣੇ ਦਾ ਦੱਸਿਆ ਜਾ ਰਿਹਾ ਸੋਨੀਪਤ ਦਾ। ਹਜੇ ਜੀ ਮੈਂ ਫਿਰ ਹੀ ਕਹਿ ਰਿਹਾ ਕਿ ਹਜੇ ਪਹਿਲਾਂ ਇਹਨਾਂ ਨੂੰ ਇਹ ਹਜੇ ਮੈਡੀਕਲ ਏਡ ਦਵਾ ਰਹੇ ਇੱਥੇ ਐਮਰਜੈਂਸੀ 'ਚ, ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਇਹ ਬਾਕੀ ਕੀ ਕੀ ਇਹਨਾਂ ਦਾ ਪਰਪਸ ਸੀ, ਕਿੱਥੇ ਬਿਲੋਂਗ ਕਰਦੇ ਨੇ, ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ, ਇਹ ਥੋੜ੍ਹੇ ਸਮੇਂ ਤੱਕ ਇਹਨਾਂ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜ਼ਾਇਆ ਹੋਏਗਾ। ਹੈਗੇ ਆ ਬੰਦੇ ਸੀ ਜਿਹੜੇ ਚਾਰ ਨੰਬਰ ਸੀ, ਅਤੇ ਉਹਨਾਂ ਨੇ ਇਹਨਾਂ 'ਤੇ ਅਨਪ੍ਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ। ਉਸ 'ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਹੈਗੀ ਆ। ਤਿੰਨ ਬੰਦੇ ਅਸੀਂ ਜਿਵੇਂ ਕਿ ਕਹਿੰਦੇ ਆ ਉੱਥੇ ਮੌਕੇ 'ਤੇ ਹੀ ਫੜ ਲਏ ਹੈਗੇ। ਇੱਕ ਬੰਦਾ ਇੱਦਾਂ ਜੀ, ਜਿਹੜੀ CIA ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਗਰਾਈ ਤੋਂ ਔਲਖੀ ਰੋਡ 'ਤੇ ਗਸ਼ਤ ਕਰ ਰਹੀ ਸੀ, ਅਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ 'ਚ ਲੱਗੇ ਫਿਰਦੇ ਆ, ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਆ ਇਸ ਚੀਜ਼ ਨੂੰ ਵੈਰੀਫਾਈ ਕਰਨ, ਅਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ ਚਾਰ ਨੰਬਰ ਸੀ, ਅਤੇ ਉਹਨਾਂ ਨੇ ਇਹਨਾਂ 'ਤੇ ਅਨਪ੍ਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ। ਉਸ 'ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਹੈਗੀ ਆ। ਤਿੰਨ ਬੰਦੇ ਅਸੀਂ ਜਿਵੇਂ ਕਿ ਕਹਿੰਦੇ ਆ ਉੱਥੇ ਮੌਕੇ 'ਤੇ ਹੀ ਫੜ ਲਏ ਹੈਗੇ। ਇੱਕ ਬੰਦਾ ਹਜੇ ਐਪਰੀਹੈਂਡ ਕਰਨਾ, ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਅਤੇ ਉੱਥੋਂ ਭੱਜਣ 'ਚ ਕਾਮਯਾਬ ਹੋਇਆ। ਇਹਨਾਂ ਦੇ ਜ਼ਿਆਦਾਤਰ ਜਿਹੜੇ ਕਿ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ, ਅਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ। ਮੁੱਢਲੀਆਂ ਦੇ ਹੋਰ ਜੇ ਕਿਤੇ ਹੋਏਗੀ ਤਾਂ ਉਹ ਡਾਕਟਰ ਪਤਾ ਕਰਨਗੇ। ਸਰ ਉਹਨਾਂ ਵੱਲੋਂ ਕੋਈ ਨਾ ਕੋਈ ਫਾਇਰਿੰਗ ਕੀਤੀ? ਉਹਨਾਂ ਵੱਲੋਂ ਵੀ ਕੀਤਾ, ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ, ਅਨਪ੍ਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ। ਅਸੀਂ ਤਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ, ਅਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ। ਇਹ ਹਜੇ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕਿਉਂ ਇਹਨਾਂ ਨੇ ਕੀਤਾ। ਹਾਂਜੀ ਹਾਂਜੀ, ਮੁਲਾਜ਼ਮਾਂ ਦਾ ਵਿਚਾਰ ਹੈ, ਮੁਲਾਜ਼ਮਾਂ ਦਾ ਵਿਚਾਰ ਹੈ। ਅਸਲਾ ਵੀ ਮਿਲਿਆ ਸੀ? ਅਸਲਾ ਕਿਹੜਾ ਜੀ ਮਿਲਿਆ ਜੀ, ਇੱਕ ਮਿਲਿਆ। ਪਹਿਚਾਣ ਹਜੇ ਕਰ ਰਹੇ ਹਾਂ ਜੀ ਵੈਰੀਫਾਈ, ਕਿਹੜੇ ਕਿਹੜੇ ਹਜੇ ਜੇਰੇ ਇਲਾਜ ਨੇ, ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਅਤੇ ਫਿਰ ਇਸ ਤੋਂ ਬਾਅਦ ਸਾਰਾ ਕੁਝ ਪੁੱਛ ਕੇ ਪੜਤਾਲ ਕਰਾਂ। ਇਹਨਾਂ 'ਚ ਮੁੱਖ ਜਿਹੜਾ ਸਰਗਨਾ ਹੈ ਉਹ ਹਰਿਆਣੇ ਦਾ ਦੱਸਿਆ ਜਾ ਰਿਹਾ ਸੋਨੀਪਤ ਦਾ। ਹਜੇ ਮੈਂ ਫਿਰ ਹੀ ਕਹਿ ਰਿਹਾ ਕਿ ਹਜੇ ਪਹਿਲਾਂ ਇਹਨਾਂ ਨੂੰ ਇਹ ਹਜੇ ਮੈਡੀਕਲ ਏਡ ਦਵਾ ਰਹੇ ਇੱਥੇ ਐਮਰਜੈਂਸੀ 'ਚ, ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ।
ਇਹ ਬਾਕੀ ਕੀ ਹੈ, ਕੀ ਇਹਨਾਂ ਦਾ ਪਰਪਸ ਸੀ, ਕਿੱਥੇ ਬਿਲੋਂਗ ਕਰਦੇ ਨੇ, ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ, ਇਹ ਥੋੜ੍ਹੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜ਼ਾਇਆ ਹੋਏਗਾ। ਠੀਕ ਹੈ।